ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਹੈ ਤਜਿੰਦਰ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਮਿਸਟਰ ਤਜਿੰਦਰ ਸਿੰਘ। ਦੋਸਤੋ, ਤੁਸੀਂ ਕੋਈ ਵੀ ਪ੍ਰੋਡਕਟ ਲੈਂਦੇ ਸਮੇਂ ਉਸ ਉੱਪਰ ਇੱਕ ਬਾਰਕੋਡ ਦੇਖਿਆ ਹੋਵੇਗਾ, ਜਿਸ ਉੱਪਰ ਕੁਛ ਲਾਈਨਿੰਗ ਦੇ ਥੱਲੇ ਕੁਛ ਨੰਬਰ ਲਿਖੇ ਹੋਏ ਹੁੰਦੇ ਹਨ। ਦੋਸਤੋ, ਇਹਨਾਂ ਬਾਰਕੋਡ ਦੇ ਨੰਬਰ ਦੇ ਪਹਿਲੇ 3 ਅੰਕ ਦੇਖ ਕੇ ਆਪਾਂ ਪਤਾ ਲਾ ਸਕਦੇ ਹਾਂ ਕਿ ਇਹ ਵਾਲਾ ਪ੍ਰੋਡਕਟ ਕਿਸ ਦੇਸ਼ ਦੇ ਵਿੱਚ ਬਣਿਆ ਹੈ ਜਾਂ ਕਿਸ ਦੇਸ਼ ਦਾ ਹੈ ਜਾਂ ਇਸਦਾ ਮੇਡ ਇਨ ਕੀ ਹੈ। ਦੋਸਤੋ, ਅਗਰ ਤੁਹਾਨੂੰ ਇਸ ਬਾਰੇ ਨਹੀਂ ਪਤਾ ਤਾਂ ਤੁਸੀਂ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ। ਮੈਨੂੰ ਉਮੀਦ ਹੈ ਤੁਸੀਂ ਇਹ ਵੀਡੀਓ ਪੂਰੀ ਦੇਖਣ ਤੋਂ ਬਾਅਦ ਵਿੱਚ ਇਹ ਵਾਲੇ ਬਾਰਕੋਡਾਂ ਦੇ ਪਹਿਲੇ 3 ਅੰਕ ਦੇਖਣ 'ਤੇ ਹੀ ਸਮਝ ਜਾਓਗੇ ਕਿ ਇਹ ਵਾਲਾ ਪ੍ਰੋਡਕਟ ਕਿਸ ਦੇਸ਼ ਦੇ ਵਿੱਚ ਬਣਿਆ ਹੈ। ਅਤੇ ਆਓ ਦੋਸਤੋ, ਹੁਣ ਆਪਾਂ ਜਾਣਦੇ ਹਾਂ ਇਹਨਾਂ ਬਾਰਕੋਡ ਦੇ ਨੰਬਰਾਂ ਬਾਰੇ। ਦੋਸਤੋ, ਜਿੱਥੇ ਪਹਿਲੇ 3 ਅੰਕ 001 ਤੋਂ ਲੈ ਕੇ 139 ਦੇ ਵਿੱਚ ਕੋਈ ਵੀ ਅੰਕ ਆ ਜਾਵੇ, ਉਹ ਵਾਲਾ ਪ੍ਰੋਡਕਟ ਅਮੈਰੀਕਾ ਦਾ ਹੋਵੇਗਾ। ਦੋਸਤੋ, ਜਿੱਥੇ ਵੀ ਪਹਿਲੇ 3 ਅੰਕਾਂ ਦੇ ਵਿੱਚ 690 ਤੋਂ ਲੈ ਕੇ 699 ਦੇ ਵਿੱਚ ਕੋਈ ਵੀ ਅੰਕ ਆ ਜਾਵੇ, ਉਹ ਵਾਲਾ ਪ੍ਰੋਡਕਟ ਚੀਨ ਦਾ ਹੋਵੇਗਾ, ਜਿਸ ਨੂੰ ਆਪਾਂ ਚਾਈਨਾ ਵੀ ਬੋਲਦੇ ਹਾਂ। ਦੋਸਤੋ, ਜਿੱਥੇ ਵੀ ਪਹਿਲੇ 3 ਅੰਕ 490 ਤੋਂ ਲੈ ਕੇ 499 ਦੇ ਵਿੱਚ ਆ ਜਾਣ, ਉਹ ਵਾਲਾ ਪ੍ਰੋਡਕਟ ਜਪਾਨ ਦਾ ਹੋਵੇਗਾ। ਦੋਸਤੋ, ਜਿੱਥੇ ਵੀ ਪਹਿਲੇ 3 ਅੰਕਾਂ ਦੇ ਵਿੱਚ 890 ਆ ਜਾਵੇ, ਉਹ ਵਾਲਾ ਪ੍ਰੋਡਕਟ ਭਾਰਤ ਦਾ ਹੋਵੇਗਾ। ਦੋਸਤੋ, ਜਿੱਥੇ ਵੀ ਪਹਿਲੇ 3 ਅੰਕਾਂ ਦੇ ਵਿੱਚ 471 ਆ ਜਾਵੇ, ਉਹ ਵਾਲਾ ਪ੍ਰੋਡਕਟ ਤਾਈਵਾਨ ਦਾ ਹੋਵੇਗਾ। ਜਿੱਥੇ ਵੀ ਪਹਿਲੇ 3 ਅੰਕਾਂ ਦੇ ਵਿੱਚ 885 ਆ ਜਾਵੇ, ਉਹ ਵਾਲਾ ਪ੍ਰੋਡਕਟ ਥਾਈਲੈਂਡ ਦਾ ਹੋਵੇਗਾ। ਦੋਸਤੋ, ਜਿੱਥੇ ਵੀ ਪਹਿਲੇ 3 ਅੰਕਾਂ ਦੇ ਵਿੱਚ 880 ਆ ਜਾਵੇ, ਉਹ ਵਾਲਾ ਪ੍ਰੋਡਕਟ ਸੋ ਕੋਰੀਆ ਦਾ ਹੋਵੇਗਾ। ਦੋਸਤੋ, ਜਿੱਥੇ ਵੀ ਪਹਿਲੇ 3 ਅੰਕਾਂ ਦੇ ਵਿੱਚ 400 ਆ ਜਾਵੇ, ਉਹ ਵਾਲਾ ਪ੍ਰੋਡਕਟ ਜਰਮਨੀ ਦਾ ਹੋਵੇਗਾ। ਦੋਸਤੋ, ਇਹ ਸੀਗੇ ਕੁਛ ਬਾਰਕੋਡਾਂ ਦੇ ਨੰਬਰ ਜਿਨ੍ਹਾਂ ਦੇ ਆਪਾਂ ਪਹਿਲੇ 3 ਅੰਕ ਦੇਖ ਕੇ ਪਤਾ ਲਾ ਸਕਦੇ ਹਾਂ ਕਿ ਇਹ ਵਾਲਾ ਪ੍ਰੋਡਕਟ ਕਿਸ ਦੇਸ਼ ਦੇ ਵਿੱਚ ਬਣਿਆ ਹੈ। ਦੋਸਤੋ, ਇੱਥੇ ਮੈਂ ਤੁਹਾਨੂੰ ਜੋ ਪਹਿਲਾਂ 3 ਕੰਟਰੀਆਂ ਦੇ ਕੋਡ ਦੱਸੇ ਹਨ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਇੱਕ ਕੋਡ ਦੇ ਵਿੱਚ ਦੱਸਿਆ ਸੀ 001 ਤੋਂ ਲੈ ਕੇ 139 ਤੱਕ ਕੋਈ ਵੀ ਅੱਖਰ ਆ ਜਾਵੇ, ਦੋਸਤੋ ਉਹ ਵਾਲਾ ਪ੍ਰੋਡਕਟ ਅਮੈਰੀਕਾ ਦਾ ਹੋਵੇਗਾ। ਦੋਸਤੋ, 001 ਤੋਂ ਲੈ ਕੇ 139 ਦੇ ਵਿੱਚ ਕੋਈ ਵੀ ਅੱਖਰ ਆ ਜਾਵੇ, ਮੰਨ ਲਓ 138 ਆ ਜਾਵੇ, 137 ਆ ਜਾਵੇ, ਇਸ ਤਰ੍ਹਾਂ ਕੋਈ ਵੀ ਅੱਖਰ ਆ ਜਾਵੇ, ਉਹ ਵਾਲਾ ਪ੍ਰੋਡਕਟ ਅਮੈਰੀਕਾ ਦਾ ਹੀ ਹੋਵੇਗਾ। ਬਾਕੀ ਦੋਸਤੋ, ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸ ਦਿੱਤਾ ਹੈ ਕਿ ਕਿਹੜੇ ਅੰਕ ਕਿਸ ਦੇਸ਼ ਦੇ ਹਨ। ਹੁਣ ਤੁਸੀਂ ਮੌਕੇ 'ਤੇ ਆਪ ਦੇਖ ਲੈਣਾ ਕਿ ਤੁਹਾਨੂੰ ਕਿਹੜਾ ਨੰਬਰ ਕਿਸ ਬਾਰਕੋਡ ਦੇ ਉੱਪਰ ਲਿਖਿਆ ਮਿਲ ਰਿਹਾ ਹੈ। ਦੋਸਤੋ, ਅਗਰ ਤੁਸੀਂ ਇਹਨਾਂ ਬਾਰਕੋਡਾਂ 'ਤੇ ਹੋਰ ਵੀ ਨੌਲੇਜ ਚਾਹੁੰਦੇ ਹੋ ਤਾਂ ਦੋਸਤੋ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦੇਣਾ ਅਤੇ ਮੈਂ ਇਸ ਦੇ ਨਾਲ ਰਿਲੇਟਡ ਹੋਰ ਵੀ ਵੀਡੀਓ ਲੈ ਕੇ ਆਵਾਂਗਾ। ਅਤੇ ਦੋਸਤੋ, ਇਹ ਸੀਗੇ ਕੁਛ ਬਾਰਕੋਡ ਅਤੇ ਇਹਨਾਂ ਦੇ ਅੰਕ ਤੁਸੀਂ ਦੇਖ ਕੇ ਹੁਣ ਸਮਝ ਹੀ ਜਾਓਗੇ ਕਿ ਇਹ ਵਾਲਾ ਪ੍ਰੋਡਕਟ ਕਿਸ ਦੇਸ਼ ਦੇ ਵਿੱਚ ਬਣਿਆ ਹੈ। ਦੋਸਤੋ, ਅਗਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਪਸੰਦ ਆਈ ਹੈ ਤਾਂ ਇਸ ਨੂੰ ਲਾਈਕ ਤਾਂ ਕਰਨਾ ਹੀ, ਨਾਲ ਦੀ ਨਾਲ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਤਾਂ ਕਿ ਅਸੀਂ ਜਦੋਂ ਵੀ ਕੋਈ ਨਵੀਂ ਵੀਡੀਓ ਲੈ ਕੇ ਆਈਏ ਉਹ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ, ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਲਈ ਤੁਸੀਂ ਆਪਣੇ ਬੈੱਲ ਆਈਕੋਨ ਨੂੰ ਆਲ ਦੇ ਉੱਤੇ ਜ਼ਰੂਰ ਕਰ ਲੈਣਾ। ਅਤੇ ਦੋਸਤੋ, ਅੱਜ ਦੀ ਆਪਣੀ ਇਹ ਵਾਲੀ ਵੀਡੀਓ ਇੱਥੇ ਹੀ ਸਮਾਪਤ ਹੁੰਦੀ ਹੈ। ਹੁਣ ਆਪਾਂ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ, ਗੁੱਡ ਬਾਏ।